ਮੈਂ ਬਾਅਦ ਚ ਦੱਸਣਾ ਚਾਹੁੰਦੀ ਸੀ ਦਰਸ਼ਕਾਂ ਨੂੰ ਕਿ ਤੁਹਾਡਾ ਦੋਵਾਂ ਦਾ ਨਾਮ ਪਰਮਜੀਤ ਹੈ ਹਨਾ ਹਾਂਜੀ ਹਾਂਜੀ ਤੇ ਤੁਸੀਂ ਜਦੋਂ ਅੰਕਲ ਦਾ ਨਾਮ ਸੁਣਿਆ ਸੀ ਤੁਹਾਨੂੰ ਐ ਨਹੀਂ ਲੱਗਿਆ ਵੀ ਮੇਰੇ ਵਾਲਾ ਨਾਂ ਜਿਹਾ ਮਤਲਬ ਮੇਰੇ ਫਾਦਰ ਨੇ ਲਾਨੇ ਜਦੋਂ ਦੱਸਿਆ ਨਾ ਕਿ ਸਾਡੇ ਲੜਕੇ ਦਾ ਨਾਮ ਪਰਮਜੀਤ ਆ ਤੇ ਮੇਰੇ ਫਾਦਰ ਨੇ ਆਖਿਆ ਵੀ ਸਾਡੀ ਲੜਕੀ ਦਾ ਨਾਮ ਵੀ ਪਰਮਜੀਤ ਆ ਤੇ ਕਹਿੰਦੇ ਕੋਈ ਬਦਲਣਾ ਤਾਂ ਨਹੀਂ ਕਹਿੰਦੇ ਨਹੀਂ ਉਹਨੂੰ ਤੂੰ ਕਰਕੇ ਬੁਲਾ ਲਾਂਗੇ ਪਰ ਜੇ ਤੂੰ ਕੀ ਕਰਦੀ ਆ ਉਹ ਕੀ ਕੀ ਕਰਦਾ ਆ ਬਸ ਐਸੇ ਤਰ੍ਹਾਂ ਸੰਬੋਧਨ ਕਰ ਲਿਆ ਕਰਾਂਗੇ ਤੇ ਨਾਂ ਨਹੀਂ ਬਦਲਣਾ ਤੇ ਨਾਂ ਨਹੀਂ ਬਦਲਿਆ ਸਾਡਾ ਅੱਛਾ ਜੀ ਮੈਂ ਉਹੀ ਪੁੱਛਣ ਲੱਗੀ ਸੀ ਮੈਂ ਕਿ ਤੁਹਾਨੂੰ ਬਾਅਦ ਚ ਆਵਾਜ਼ ਮਾਰਦੇ ਸੀ ਘਰ ਚ ਭਲੇਖਾ ਤਾਂ ਨਹੀਂ ਸੀ ਪਹਿਲਾਂ ਨਹੀਂ ਨਹੀਂ ਹਨਾ ਵਿਖੇ ਮੈਨੂੰ ਆਵਾਜ਼ ਮਾਰੀ ਤੇ ਅ ਅੰਕਲ ਬਰਾਤ ਕਿੰਨੇ ਜਾਣੇ ਗਏ ਸੀਗੇ ਵਿਆਹ ਚ ਬਰਾਤ ਚ ਕੋਈ 30 ਮਨੇ ਪੰਜਾ 21 ਤੇ ਘਾਰਾਂ ਗਈਆਂ ਸੀ ਹਾਂਜੀ ਉਸ ਸਮੇਂ ਜਿਆਦਾ ਟ੍ਰੈਂਡ ਤੇ ਹੁੰਦਾ ਪੇ ਇੱਕ ਵਾਸਤੇ ਇੱਕ ਕਾਰ ਲੈ ਜਾਣੀ ਡੋਲੀ ਵਾਸਤੇ ਇੱਕ ਇੱਕ ਕਾਰਾਂ ਨਾਲ ਦੀ ਬਰਾਤ ਤੇ ਗਈਆਂ ਹਾਂਜੀ ਮੈਂ ਤੇ ਚਲੋ ਸੁਣੀ ਸੁਣੀ ਗੱਲ ਹੀ ਕਰਦੀ ਆ ਮੈਂ ਕਹਿੰਦੀ ਆ ਵੇਖੀ ਹਾਂਜੀ ਤੇ ਵਿਆਹ ਜਿਹੜੇ ਉਦੋਂ ਸੀਗੇ ਕੁੰਡ ਕੱਢ ਕੇ ਹੁੰਦੇ ਸੀ ਕੋਈ ਕਹਿੰਦੇ ਬਰਾਤ ਨੇ ਨੇ ਕਿਸੇ ਨੇ ਵੇਖਿਆ ਕਿਸੇ ਲੜਕੀ ਨੇ ਨੇ ਵੇਖਿਆ ਉਹ ਤੇ ਜਦੋਂ ਲਾਵਾ ਹੋ ਗਈਆਂ ਉਹਦੇ ਤੋਂ ਬਾਅਦ ਮੇਰੇ ਨਾਨਾ ਨੇ ਮੈਨੂੰ ਵੇਖਿਆ ਉਹ ਬਰਾਤੇ ਗਈਆਂ ਸੀ ਨਾ ਤੇ ਕੌਣ ਦੇ ਵਿੱਚ ਸਾਨੂੰ ਪਤਾ ਨਹੀਂ ਕੌਣ ਗਿਆ ਕੌਣ ਆਇਆ ਕੌਣ ਕਿੱਥੇ ਬੈਠਾ ਹੁਣ ਤੇ ਸਾਰੇ ਵਿਆਹ ਜਿਹੜੇ ਆ ਉਹ ਸਾਹਮਣੇ ਹੁੰਦੇ ਆ ਵੀ ਜੋੜੀ ਪਹਿਲਾਂ ਹੀ ਆਪਸ ਵਿੱਚ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ ਅਸੀਂ ਤਾਂ ਅਣਜਾਣ ਹੀ ਸੀਗੇ ਜਦੋਂ ਲਾਵਾ ਹੋਈਆਂ ਤੇ ਸਰਜਿੰਦਰ ਸਿੰਘ ਭਗਵਾਲੀਆ ਨੇ ਸੇਹਰਾ ਬੋਲਿਆ ਹੁਣ ਬੋਲਿਆ ਸੇਹਰਿਆ ਤਾਂ ਇਹ ਕਹਿਣ ਕਲੀਰੇ ਅੱਜ ਤੋਂ ਸੱਜਣਾ ਹੋ ਗਏ ਤੇਰੇ ਬਸ ਮੇਨ ਵੱਧ ਹੋਈ ਗੱਲਾਂ ਚਿੱਤ ਲਾਵਾ ਦਾ ਟਾਈਮ ਦੀ ਹਾਂਜੀ ਤੇ ਤੁਹਾਡੀਆਂ ਸਾਰੀਆਂ ਫੋਟੋਆਂ ਕੁੰਡ ਵਾਲੇ ਉਹਦੇ ਜਨੇ ਕੁੰਡ ਚ ਫੋਟੋ ਕਿਸੇ ਨੇ ਖਿੱਚੀ ਨਹੀਂ ਨੰਗੇ ਮੂੰਹ ਅੱਛਾ ਜੀ ਮੈਂ ਆਜੇ ਸੀਗਾ ਹਾਂਜੀ ਮਤਲਬ ਜਿਹੜਾ ਕੁੰਡਿਆ ਉਹ ਤੇ 3 ਦਿਨ ਚੁੱਕਿਆ ਜਦੋਂ ਇੱਥੇ ਮਕਲਾਵੇ ਤੋਂ ਆ ਗਏ ਨਾ ਤੇ ਰਸਤੇ 'ਚ ਮੈਂ ਪੁੱਛਿਆ ਆਪਣੀ ਮਦਰ ਨੇ ਲਾ ਨੂੰ ਤੇ ਬੀਜੀ ਹੁਣ ਕੁੰਡ ਕੱਢ ਕੇ ਜਾਣਾ ਘਰ ਕੇ ਕਿਤਰਾ ਵਾਂਦੇ ਮੁੜ ਕੇ ਨੌਕਰੀ ਕਰਨੀ ਆ ਹੁਣ ਕੋਈ ਗੱਲ ਨਹੀਂ ਨੰਗੇ ਮੂੰਹ ਹੀ ਚੱਲ ਚੱਲ ਕੇ ਪਰ ਇਹੜਾ ਸਵਾਲ ਸੀ ਨਾ ਢੰਡ ਵਾਲਾ ਉਹ ਬੜਾ ਸੀ ਵੀ ਹਰ ਇੱਕ ਨੂੰ ਉਤਸੁਕਤਾ ਹੁੰਦੀ ਸੀ ਵੀ ਬੋਟੀ ਵੇਖੀਏ ਕਿ ਹੋਜੀ ਆ ਹਮ ਹੁਣ ਤੇ ਕੋਈ ਇਹੋ ਜਿਹੀ ਉਤਸੁਕਤਾ ਰਹਿ ਨਹੀਂ ਗਈ ਹਾਂਜੀ ਕਿਉਂ ਸਾਢੇ 52 ਸਾਲ ਬੀਤ ਚੁੱਕੇ ਇਸ ਗੱਲ ਨੂੰ ਹਮ ਤੇ ਨਾ ਉਦੋਂ ਕੋਈ ਏਡਾ ਤਿਆਰੀ ਹੋਣ ਦਾ ਹੁੰਦਾ ਸੀ ਕੱਪੜੇ ਪਾਏ ਤੇ ਲਾਵਾ ਤੇ ਬਹਿ ਗਏ ਹਮ ਸਾਡੇ ਵਿਆਹ ਸੀ ਰਸਮਾਂ ਸਾਧੀਆਂ ਸੀ ਉਦੋਂ ਹਾਂਜੀ ਅੰਕਲ ਤੁਸੀਂ ਜਦੋਂ ਸਕੂਲ ਚ ਇਹਨਾਂ ਨੂੰ ਪਹਿਲੀ ਵਾਰ ਦੇਖਿਆ ਸੀਗਾ ਤਾਨੂੰ ਕੀ ਚੰਗਾ ਲੱਗਿਆ ਸੀ ਇਹਨਾਂ ਦਾ ਸੁਭਾਅ ਚੰਗਾ ਲੱਗਿਆ ਸੀ ਕਿ ਸੋਹਣੇ ਬੋਲ ਲੱਗੇ ਸੀ ਕਿਉਂਕਿ ਹੁਣ ਵੀ ਬਹੁਤ ਸੋਹਣੇ ਨੇ ਉਹ ਮੈਂ ਕੋਈ ਖੂਬਸੂਰਤੀ ਵਾਲੇ ਪਾਸੇ ਨਹੀਂ ਜਾਂਦਾ ਪਰ ਮੇਰੇ ਮੁਕਾਬਲੇ ਬਹੁਤ ਸੋਹਣੀ ਹੈ ਤੇ ਮੈਂ ਖਾ ਵੀ ਜਿਹੜੀ ਮੇਰੇ ਨਾਲ ਸੋਹਣੀ ਹੈਗੀ ਆ ਤੇ ਉਹਦੇ ਬਾਰੇ ਮੈਂ ਕੀ رائے ਦੇਣੀ ਆ ਇਹ ਸਭ ਠੀਕ ਹੀ ਠੀਕ ਆ ਤੇ ਉਹ ਉਹ ਜਿਹੜੇ ਮਿਲਣੀ ਸੀਗੀ ਉਹ ਵੀ ਕੋਈ 15 ਕੁ ਮਿੰਟ ਹੀ ਕੋਈ ਇਹ ਜਿਹਾ ਵਦ ਨਹੀਂ ਹਾਂਜੀ ਮੈਂ ਅੰਮ੍ਰਿਤਸਰੋਂ ਸੀਗਾ ਤੇ ਅੰਮ੍ਰਿਤਸਰੋਂ ਸਕੂਟਰ ਇੱਕਨ ਦੋਸਤ ਦਾ ਲਿਆ ਤੇ ਸਕੂਲ ਚ ਇਹਨਾਂ ਦੇ ਆ ਗਏ ਉਥੋਂ ਫਿਰ ਵਾਪਸ ਅੰਮ੍ਰਿਤਸਰ ਨੂੰ ਮੁੜ ਗਏ ਹੂੰ ਦੋ ਦਿਨ ਬਾਅਦ ਜਦੋਂ ਮੈਂ ਮੁੜ ਕੇ ਸੈਟਰਡੇ ਪਿੰਡ ਆਇਆ ਤੇ ਫਿਰ ਮੈਂ ਦੱਸਿਆ ਹਾਂਜੀ ਵੀ ਇਤਰਾ ਮੈਂ ਵੇਖ ਆਇਆ ਅੱਛਾ ਤੇਰੀ ਮਰਜ਼ੀ ਆ ਠੀਕ ਐ ਤੇ ਹੁਣ ਵੀ ਅਹੀਂ ਮੁੜ ਕੇ ਵੀ ਬੱਚਿਆਂ ਦੇ ਵਿਆਹ ਕੀਤੇ ਆ ਉਹਨਾਂ ਨੂੰ ਆਖਿਆ ਵੀ ਤੁਹਾਡੀਆਂ ਮਰਜ਼ੀਆਂ ਨੇ ਅਹੀਂ ਕੋਈ ਚੀਜ਼ ਨਹੀਂ ਕਰਨੀ ਸਾਨੂੰ ਆ ਵੀ ਤੁਸੀਂ ਕੋਸ਼ਿਸ਼ ਰੋ ਤੇ ਬਾਕੀ ਸਭ ਚੰਗਾ ਤੇ ਉਹ ਕੋਈ ਤੀਜੀ ਲੁਕਾਈ ਨਹੀਂ ਇੱਕ ਦੂਜੇ ਤੋਂ ਤੁਹਾਨੂੰ ਪਹਿਲਾਂ ਤੋਂ ਹੀ ਨੌਕਰੀ ਵਾਲੀ ਵਰਟੀ ਚਾਹੀਦੀ ਸੀ ਕਿ ਇਹ ਸੀਗਾ ਵੀ ਜਿੱਥੇ ਵੀ ਰਿਸ਼ਤਾ ਮੈਂ ਚਾਹੁੰਦਾ ਸੀ ਵੀ ਨੌਕਰੀ ਵਾਲੀ ਚਾਹੀਦੀ ਹੈ। ਹਾਂ ਜੀ। ਤੇ ਉਹਨੋਂ ਗੱਲ ਹੋ ਗਈ ਸੀਗੀ ਤੇ ਇੱਕ ਲੈਟਰ ਮੈਨਾਂ ਨੂੰ ਦਿਖਾਇਆ ਪੜਾਇਆ। ਮੈਨੂੰ ਲੈਟਰ ਆਇਆ ਏ ਖਾਲਸਾ ਗੱਲ ਦਾ। ਅੱਛਾ ਜੀ। ਉਹ ਲੈਟਰ ਆਇਆ ਤੇ ਉਹਦੇ 'ਚ ਲਿਖਿਆ ਸੀਗਾ ਵੀ ਉਹ ਇੱਕ ਮੇਰੇ ਦੇਸ ਦੀ ਭੈਣ ਸੀ। ਹਾਂ ਜੀ। ਵੀ ਉਹਦੇ ਨਾਲ ਤੇਰੀ ਗੱਲ ਕਰਾ ਦਈਏ। ਮੈਂ ਹਾਂ ਮੈਂ ਤੇ ਹੁਣ ਗੱਲ ਕਰ ਲਈ ਆ ਹੁਣ ਗੱਲ ਨਹੀਂ ਕਰਨੀ ਉਹਨਾਂ ਦਿਨਾਂ 'ਚ ਹੀ ਉਹ ਲੜਕੀ ਦੀ ਚਿੱਠੀ ਆਈ ਤੇ ਉਹ ਮੈਂ ਕਾਫੀ ਚਿਰ ਆਪਣੇ ਕੋਲ ਰੱਖੀ ਸੀ ਹਾਂਜੀ ਉਹਨਾਂ ਖਿਆ ਵੀ ਮੈਂ ਆਪਣੀ ਨਾਂ ਦੱਸ ਕੇ ਆਪਣੀ ਕਲਾਸ ਦੱਸ ਕੇ ਸਾਬੀ ਮੈਂ ਬੈਸਟ ਗਰਲ ਆਫ ਦੀ ਕਾਲਜ ਜਿਹੜੀ ਹੈ ਨਾ ਉਹਦੇ ਗਲੇਰ ਹੋਈ ਆ ਐਕਾਡੈਮਿਕ ਵੀ ਤੇ ਇੱਕ ਮਰੀ ਆਪਣੀ ਇੱਕ ਸੋਸ਼ੀਓਲੋਜੀਕਲ ਵੀ ਹੰਗੀ ਸੀ ਤੇ ਕੀ ਲਿਖਿਆ ਸੀ ਅੰਟੀ ਚਿੱਠੀ ਚ ਕਿਉਂਕਿ ਤੁਹਾਨੂੰ ਪੜ੍ਹਾਈ ਸੀ ਇਹਨਾਂ ਨੇ ਉਹਨਾਂ ਨੇ ਲਿਖਿਆ ਸੀ ਵੀ ਮੈਂ ਬਹੁਤ ਪਿਆਰ ਕਰਦੀ ਸੀ ਪਰ ਭੈ ਆਪਣੇ ਮੂੰਹ ਆਪਣੇ ਭਰਾ ਨੂੰ ਆਖ ਨਹੀਂ ਸਕੀ ਵੀ ਮੇਰਾ ਰਿਸ਼ਤਾ ਉੱਥੇ ਕਰ ਦਿਓ ਹਮ ਹੁਣ ਜਦੋਂ ਮੈਨੂੰ ਪਤਾ ਲੱਗਾ ਤੇ ਮੈਂ ਮੁਬਾਰਕਬਾਦ ਦਿੰਨੀ ਆ ਕਿ ਜਿਹੜੀ ਗੱਲ ਮੈਂ ਨਹੀਂ ਕਰ ਸਕਦੀ ਸੀ ਉਹ ਤੁਸੀਂ ਆਪਣੇ ਪਸੰਦ ਦਾ ਹੀ ਕਰ ਲਈ ਹੈ ਅੱਛਾ ਜੀ ਬਸ ਥੋੜੇ ਸ਼ਬਦ ਲਿਖੇ ਸੀ ਤੇ ਤੁਹਾਨੂੰ ਚਿੱਠੀ ਪੜ੍ਹ ਕੇ ਕਿਵੇਂ ਲੱਗਿਆ ਮੈਨੂੰ ਲੱਗਿਆ ਵੀ ਜੇ ਤੁਹਾਨੂੰ ਆਫਰ ਆਉਂਦੀ ਸੀ ਤੇ ਤੁਸੀਂ ਕਰ ਲੈਣਾ ਚਾਹੀਦਾ ਸੀ ਆਂਦੇ ਮੈਨੂੰ ਕਹਿੰਨੇ ਆਖਿਆ ਹੀ ਨਹੀਂ ਜੇ ਆਖਦੇ ਤੇ ਸ਼ਾਇਦ ਮੈਂ ਕਰ ਵੀ ਲੈਂਦਾ ਪਰ ਮੈਨੂੰ ਪਤਾ ਨਹੀਂ ਵੀ ਉਹ ਮੈਨੂੰ ਦਿਲੋਂ ਇੰਨਾ ਚਾਹੁੰਦੀ ਆ ਅੱਛਾ ਉਹਨਾਂ ਦਾ ਉਹਦਾ ਬ੍ਰਦਰ ਜਿਹੜਾ ਸੀ ਉਹਨਾਂ ਦਾ ਫਰੈਂਡ ਸੀ ਅੰਕਲ ਪਛਤਾਵਾ ਤਾਂ ਨਹੀਂ ਤੁਹਾਨੂੰ ਨਹੀਂ ਕੋਈ ਪਛਤਾਵਾ ਨਹੀਂ ਪਛਤਾਵਾ ਨਹੀਂ ਹਾਂ ਮੈਂ ਸਭ ਕਈ ਵਾਰ ਇਹ ਆਖਿਆ ਪ੍ਰਮਾਤਮਾ ਦਾ ਧੰਵਾਦ ਕੀਤਾ ਵੀ ਅਸੀਂ ਚੰਗਾ ਜਿਹੜਾ ਨਾ ਸਾਥੀ ਦਿੱਤਾ ਇਹ ਉਹਦਾ ਵੀ ਰਹੀ ਉਹ ਸੁੱਕਾ ਹੋ ਗਿਆ ਜੇ ਇੱਕ ਦੂਜੇ ਤੇ ਪੂਰਾ ਵਿਸ਼ਵਾਸ ਹੋਏ ਤੇ ਹਾਂਜੀ ਤੇ ਉਹ ਲੜਕੀ ਬੜੀ ਖੂਬਸੂਰਤ ਸੀ ਇਹ ਮੈਂ ਤੁਹਾਡੇ ਤੋਂ ਬਿਨਾ ਰਹਿ ਨਹੀਂ ਸਕਦੀ ਆ ਲੈ ਆਓ ਕਈ ਕੋ ਚਿੱਠੀ ਜਿਲੇ ਆ ਤੇ ਮੈਂ ਕਿਹਾ ਹੁਣ ਤੇ ਗੱਲ ਗਣਤੋਂ ਬਾਹਰ ਚਲ ਗਈ ਆ ਮੁੜ ਕੇ ਸੋਚਿਆ ਜਾ ਸਕਦਾ ਸੀ ਹਾਂਜੀ ਹੁਣ ਨਹੀਂ ਤੇ ਮੈਂ ਲੁਧਿਆਣੇ ਆ ਰਿਹਾ ਸੀ ਤੇ ਮੇਰਾ ਜੀ ਕੀਤਾ ਵੀ ਜਾਂਦੇ ਆ ਨਾ ਮੈਂ ਆਪਣੇ ਦੋਸਤ ਨੂੰ ਮਿਲ ਜਾਵਾਂ ਹਾਂਜੀ ਤੇ ਗੱਲ ਤੇ ਆ ਵੀ ਨਾਲ ਧਿਆਨ ਤੇ ਉਹ ਕੁੜੀ ਵਾਲੀ ਵੀ ਸੀ ਵੀ ਉਹਨੂੰ ਵੇ ਆਉਂਗਾ ਹਾਂ ਮੈਂ ਉਥੇ ਉਹ ਲਗਾ ਸੀਗਾ ਜਨਰੇਲੇ ਗੁਰੂ ਮੈਂ ਅਮਰਸਰ ਸੀ ਮੈਂ ਲੁਧਿਆਣੇੋਂ ਲਾਇਬ੍ਰੇਰੀ ਦੇਖ ਕੇ ਆ ਰਹਿਦੇ ਮੈਂ ਉਥੇ ਉਤਰ ਗਿਆ ਜਿੰਦੇ ਆਲੇ ਜਿੰਦੇ ਆਲੇ ਉਤਰ ਗਿਆ ਤੇ ਉਹਨਾਂ ਉਹਦੀ ਕੁਰਸੀ ਤੇ ਲਾਂ ਬਲਾਂ ਦੇ ਕੁਰਸੀ ਤੇ ਬਿਠੇ ਸੀ ਉਹ ਮੇਰਾ ਦੋਸਤ ਉਹਦੀ ਵਾਈਫ ਤੇ ਇੱਕ ਇਹ ਲੜਕੀ ਹਾਂਜੀ ਇਹ ਲੜਕੀ ਦਾ ਤਾਂ ਧਿਆਨ ਜਿਹੜਾ ਸੀ ਉਹ ਗੇਟ ਵਾਲੇ ਪਾਸੇ ਸੀ ਉਹਨੂੰ ਨਹੀਂ ਪਤਾ ਵੀ ਕੋਈ ਆਏਗਾ ਕਿ ਨਹੀਂ ਪਰ ਉਹਨਾਂ ਆਪਣੇ ਭਰਾ ਨੂੰ ਆਖਿਆ ਸੀ ਉਹਦਨ ਜਾਇ ਤਾਂ ਇਹ ਗੁਰਦਾ ਅੰਮ੍ਰਿਤਸਰ ਜਾਓਗੇ ਉਹਨੂੰ ਮਿਲ ਕੇ ਆਇਓ ਕਹਿੰਦੇ ਹੁਣ ਤੂੰ ਦੱਸਿਆ ਵੀ ਉਹ ਗੱਲ ਹੋ ਗਈ ਆ ਇਹਨੇ ਫੇਰ ਵੀ ਮਿਲ ਕੇ ਆਇਓ ਜੀ ਕਰਦਾ ਵੀ ਮਿਲ ਕੇ ਆਇਓ ਉਹ ਉਸ ਦਿਨ ਜਦੋਂ ਮੈਂ ਉਤਰਿਆ ਉਹਨੂੰ ਕਿਸੇ ਨੂੰ ਪਤਾ ਨਹੀਂ ਸੀ ਪਰ ਉਹਨੇ ਵੇਖਿਆ ਵੀ ਇਹ ਪਰਮਜੀਤ ਉਤਰਿਆ ਉਹ ਜਿਉਂ ਦੌੜੀ ਹਾਂਜੀ ਬੜੀ ਤੇਜ਼ ਦੌੜ ਕੇ ਮੈਨੂੰ ਆੜ ਕੇ ਨਾ ਗਲੋਕੜੀ ਜੀ ਪਾ ਦੇ ਦੇ ਉਸੇ ਤਰ੍ਹਾਂ ਹੀ ਮਾਂ ਭਾਈ ਜਿਹੜੀ ਸੀ ਜਿੱਥੇ ਉਹ ਬੈਠੇ ਸੀ ਉੱਥੇ ਦਾ ਕਾਗ ਤੇ ਉਹਨੂੰ ਕਹਿੰਦੇ ਵੀ ਤੁਸੀਂ ਵੇਲੇ ਚੁੱਠ ਮਾਰਿਆ ਵੀ ਇਹ ਕਹਿੰਦੇ ਵੀ ਆ ਜੂਗੀ ਤੇ ਉਹ ਆਈ ਨਹੀਂ ਆਈ ਸੀ ਪਹਿਲਾਂ ਹੀ ਤੁਹਾਨੂੰ ਅਰੇਂਜਮੈਂਟ ਕੀਤਾ ਸੀ ਮੈਂ ਕਿਹਾ ਹੁਣ ਮੈਨੂੰ ਵੀ ਪਤਾ ਨਹੀਂ ਸੀ ਪਰ ਉਹ ਕੁਦਰਤੀ ਇਹ ਗੱਲ ਇਤਰਾ ਹੋ ਗਈ ਉਦੋਂ ਤੁਹਾਡੀ ਮੰਗਣੀ ਹੋਈ ਹੋਈ ਸੀ ਆਂਟੀ ਨਾ ਮੰਗਣੀ ਹੋ ਗਈ ਸੀ ਅੱਛਾ ਜੀ ਚਾਗਨ ਪਾ ਗਿਆ ਸੀ ਹੂੰ ਜਦੋਂ ਦੀ ਗੱਲ ਐ ਤੇ ਚਿੱਠੀ ਤੁਸੀਂ ਵਿਆਹ ਤੋਂ ਪਹਿਲਾਂ ਪੜ੍ਹੀ ਵਿਆਹ ਤੋਂ ਪਹਿਲਾਂ ਫਿਰ ਤੁਸੀਂ ਐਵੇਂ ਸੋਚਿਆ ਨਹੀਂ ਹੈਗਾ ਵੀ ਮਤਲਬ ਕੀ ਪਤਾ ਕੱਲ ਨੂੰ ਬਾਅਦ ਚ ਕੀ ਹੋਵੇ ਤੇ ਮੈਂ ਮੈਂ ਇੱਕੋ ਗੱਲ ਸੋਚੀ ਸੀ ਵੀ ਜੋ ਪਰਮਾਤਮਾ ਕਰਦਾ ਉਹ ਚੰਗਾ ਕਰਦਾ ਹਾਂਜੀ ਉਹਦੇ ਤੇ ਵਿਸ਼ਵਾਸ ਸੀ ਪਈ ਇਹ ਰਿਸ਼ਤਾ ਹੋਇਆ ਤੇ ਇਹ ਕਾਇਮ ਹੀ ਰਹੇਗਾ ਔਰ ਦੂਜੀ ਕੋਈ ਗੱਲ ਸੋਚੀ ਨਹੀਂ ਪਹਿਲੇ ਲੜਕਾ ਵੇਖਿਆ ਪਹਿਲੇ ਪਸੰਦ ਹੋ ਗਿਆ ਤੇ ਉਸੇ ਚ ਵਿਆਹ ਹੋ ਗਿਆ ਤੇ ਹੁਣ ਤੱਕ ਉਹ ਜਿਹੜੀ ਲਾਈਫ ਆ ਉਸੇ ਤਰ੍ਹਾਂ ਚੱਲੀ ਜਾ ਰਹੀ ਆ ਕੋਈ ਲੜਾਈ ਝਗੜਾ ਨਹੀਂ ਕੋਈ ਕੁਛ ਨਹੀਂ ਥੋੜਾ ਥੋੜਾ ਹੋ ਜਾਂਦਾ ਉਹ ਤਾਂ ਇਹ ਥੋੜਾ ਥੋੜਾ ਝਗੜਾ ਹੋ ਜਾਂਦਾ ਨਾ ਫਿਰ ਮੈਂ ਸ਼ੁਰੂ ਤੋਂ ਹੀ ਇੱਕ ਜਿਹੜੀ ਆ ਨਾ ਗੌਰ ਪਨਾਇਆ ਹੈਗਾ ਮੈਂ ਚੁੱਪ ਕਰ ਜਾਣਾ ਬੋਲਣਾ ਨਹੀਂ ਕੋਈ ਰੋਟੀ ਖਾਣੀ ਆ ਚੁੱਪੋ ਇਹ ਕੋਈ ਤੂੰ ਕਿੱਥੇ ਜਾਣਾ ਚੁੱਪ ਉਹ ਜਦੋਂ ਵੇਖਣਾ ਵੀ ਹੁਣ ਬੜਾਵਾ ਇੰਨਾ ਦਾ ਮੈਂ ਚੁੱਪ ਰਹਿਣਾ ਫੇਰ ਮੁੜ ਕੇ ਕੋਈ ਗੱਲ ਇਹਨੇ ਹਾਲੀ ਕਰ ਲਈ ਓਏ ਜਾਂ ਮੈਂ ਕਰ ਲਈ ਫੇਰ ਨਰਨ ਮੁੜ ਕੇ ਤੁਰੇ